ਪਲਾਨ ਲੈ ਕੇ ਚੱਲ ਰਹੇ ਆ ਪਲਾਨ ਚੱਲ ਰਿਹਾ ਬਿਲਕੁਲ ਤੁਹਾਡੀ ਇੱਕ ਲਾਈਨ ਚੱਲ ਰਹੀ ਆ ਉਹਦੇ ਵਿੱਚ ਹੋਰਾਂ ਦੇ ਵੀ ਪਲਾਨ ਨੇ ਆ ਉਹ ਵੀ ਆ ਕੇ ਵਿੱਚ ਮਰਜ ਹੋਣਗੇ ਕਿਤੇ ਨਾ ਕਿਤੇ ਫਿਰ ਕਿੱਦਾਂ ਕਹਿ ਦਾਂਗੇ ਪਲਾਨ ਵਰਕ ਕਰਦੇ ਨਹੀਂ ਪਲਾਨ ਪਲਾਨ ਡੋਨਟ ਵਰਕ ਜਿਹਦਾ ਇਸ਼ਕ ਮੁਕੰਮਲ ਹੋਇਆ ਜਾਂ ਜਿਹਦਾ ਰਹਿ ਗਿਆ ਹੁਣ ਉਹੀ ਦੱਸ ਸਕਦਾ ਕਿ ਰੱਬ ਸਾਥ ਦਿੰਦਾ ਕਿ ਨਹੀਂ ਜਾਂ ਜਿਹੜੇ ਤੁਹਾਡੇ ਪਰਿਵਾਰ ਨੂੰ ਤੁਹਾਡੇ ਤੋਂ ਐਕਸਪੈਕਟੇਸ਼ਨਸ ਨੇ ਜਾਂ ਉਹ ਸੋਚਦੇ ਕਿ ਇਹਨਾਂ ਨੂੰ ਇਦਾਂ ਹੀ ਰਹਿਣਾ ਚਾਹੀਦਾ ਹੈ ਇਦਾਂ ਨਹੀਂ ਸੋਚਣਾ ਚਾਹੀਦਾ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਪ੍ਰਵਾਸੀ ਟੀਵੀ ਮੈਂ ਹਾਂ ਪ੍ਰਿੰਸ ਕਰ ਕਹਿੰਦੇ ਜਦੋਂ ਗੱਲ ਕਿਤੇ ਸੱਚੇ ਇਸ਼ਕ ਦੀ ਛਿੜੇ ਤਾਂ ਰੱਬ ਵੀ ਉਹਦੀ ਹਾਮੀ ਭਰਦਾ ਹੈ ਰੱਬ ਵੀ ਆਪਣੇ ਪਿਆਰ ਦੀ ਵਰਖਾ ਕਰਦਾ ਹੈ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਰਜ਼ਾ ਇਸ਼ਕ ਦੀ ਕਿਉਂਕਿ ਇਸ ਤੋਂ ਪਹਿਲਾਂ ਰਜ਼ਾ ਆਪਾਂ ਹਰ ਚੀਜ਼ ਸੁਣਦੇ ਹਾਂ ਕਿ ਰਜ਼ਾ ਜਲਾ ਜੀ ਸੋ ਮਰਦ ਗਾ ਜੀ ਲੇਕਿਨ ਰਜ਼ਾ ਇੱਕ ਐਸੀ ਚੀਜ਼ ਹੈ ਰਜ਼ਾ ਵਿੱਚ ਰਹਿ ਕੇ ਜਦੋਂ ਕੋਈ ਗੱਲ ਹੁੰਦੀ ਹੈ ਉਹ ਵੱਖਰੀ ਹੁੰਦੀ ਹੈ ਲੇਕਿਨ ਅੱਜ ਸਾਡੇ ਨਾਲ ਮੌਜੂਦ ਨੇ ਬਹੁਤ ਹੀ ਪਿਆਰੇ ਆਰਟਿਸਟ ਹਰ ਬਾਈ ਨੰਨ ਪ੍ਰਿਆ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਦਾ ਮੁਬਾਰਕ ਤੁਹਾਨੂੰ ਤੁਹਾਡੇ ਨਵੀਂ ਫਿਲਮ ਦੀ ਆ ਸੋ ਦਸੰਬਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਹਾਂਜੀ ਆ ਬਾਈ ਪਹਿਲਾਂ ਤਾਂ ਇਹ ਦੱਸੋ ਤੁਸੀਂ ਜੋ ਤੁਹਾਡੀ ਫਿਲਮ ਹੈ ਉਹ ਕਿਸ ਚੀਜ਼ ਦੇ ਆਲੇ ਦੁਆਲੇ ਘੁੰਮਦੀ ਕਿਉਂਕਿ ਨਾਮ ਇਹਦਾ ਰਜ਼ਾ ਇੱਕ ਇਸ਼ਕ ਹੈ ਕੀ ਇਸ਼ਕ ਦੇ ਆਲੇ ਦੁਆਲੇ ਘੁੰਮਦੀ ਹੈ ਕਿ ਦੋ ਕਿਹਦੇ ਆਲੇ ਦੁਆਲੇ ਘੁੰਮਦੀ ਹੈ ਰਜ਼ਾ ਤੇ ਇਸ਼ਕ ਦੋਨੋਂ ਸਾਰੇ ਦੁਆਲੇ ਘੁੰਮਦੀ ਹੈ ਜੀ ਦੋਨੋਂ ਘੁੰਮਦੀ ਹੈ ਹਾਂਜੀ ਰਜ਼ਾ ਜਿਹੜਾ ਇਸ਼ਕ ਹੈ ਉਹ ਰਜ਼ਾ ਵਿੱਚ ਆ ਅੱਛਾ ਉਹਦੇ ਲਈ ਹੈ ਮੇਨ ਤੁਸੀਂ ਮਤਲਬ ਦੋਵੇਂ ਜੋ ਕਿਰਦਾਰ ਕਰਦੇ ਨਜ਼ਰ ਆਉਂਦੇ ਹੋ ਕਿਸ ਚੀਜ਼ ਦਾ ਮੇਨ ਕਨਸੈਪਟ ਤੁਸੀਂ ਦਿੰਦੇ ਹੋ ਲੋਕਾਂ ਨੂੰ ਲਵ ਸਟੋਰੀ ਆ ਲਵ ਸਟੋਰੀ ਕੁਝ ਮਤਲਬ ਵੂਮਨ ਇੰਪਾਵਰਮੈਂਟ ਦੇ ਉੱਪਰ ਮੈਸੇਜ ਆ ਲਵ ਸਟੋਰੀ ਆ ਡਰਾਮਾ ਆ ਇਹਦੇ ਵਿੱਚ ਮਤਲਬ ਇੱਕ ਕਹਿ ਸਕਦੇ ਮੇਰੇ ਵੱਲੋਂ ਤਾਂ ਇਹ ਕਹਿ ਸਕਦੇ ਆ ਇਹ ਲਵ ਸਟੋਰੀ ਆ ਲਵ ਸਟੋਰੀ ਚ ਅੱਗੇ ਕਿਵੇਂ ਵੱਧਦੀ ਲਵ ਸਟੋਰੀ ਉਹਦੀ ਪ੍ਰਿਆ ਹੁਣ ਮੈਂ ਦੱਸ ਨਹੀਂ ਉਹ ਦੱਸਣ ਲੱਗਾ ਸੀਗਾ ਮੈਂ ਦੱਸਣੀ ਸੋਚੀ ਯਾਰ ਮੈਂ ਦੱਸਣ ਲੱਗਾ ਸਟੋਰੀ ਦਾ ਠੀਕ ਹੈ ਗਲਤ ਸਵਾਲ ਪੁੱਛ ਲਿਆ ਹਾਂਜੀ ਤੁਸੀਂ ਪਰਸਨਲੀ ਜਦੋਂ ਫਿਲਮ ਚ ਕੰਮ ਕੀਤਾ ਜਦੋਂ ਪਿਆਰ ਦਾ ਕਿਰਦਾਰ ਆਉਂਦਾ ਹੈ ਪਰਸਨਲੀ ਤੁਸੀਂ ਕਿਵੇਂ ਫੀਲ ਕਰਦੇ ਕਿ ਪਿਆਰ ਦਾ ਕਿਰਦਾਰ ਨਿਭਾਉਣਾ ਹੈ ਪਿਆਰ ਬੰਦਾ ਕਰਦਾ ਹੈਗਾ ਉਹ ਚਾਹ ਕੇ ਕਰਦਾ ਜਾਂ ਹੋ ਜਾਂਦਾ ਹੋ ਜਾਂਦਾ ਹਾਂ ਹੋ ਜਾਂਦਾ ਚਾਹ ਕੇ ਤਾਂ ਕੀ ਹੁੰਦਾ ਚਾਹ ਕੇ ਤਾਂ ਕੁਛ ਵੀ ਨਹੀਂ ਹੁੰਦਾ ਹੈਗਾ ਚਾਹ ਕੇ ਵੀ ਜਾਂਦਾ ਨਾ ਨਾ ਚਾਹ ਕੇ ਕੁਛ ਨਹੀਂ ਹੁੰਦਾ ਪਲੈਨਡ ਚੀਜ਼ਾਂ ਪਲੈਨਸ ਨਹੀਂ ਵਰਕ ਕਰਦੇ ਕਦੇ ਤੇ ਫਿਲਮ ਕਦੇ ਵਰਕ ਕਰਦੇ ਕਦੀ ਵੀ ਨਹੀਂ ਹੁੰਦੇ ਪਲੈਨ ਤੁਸੀਂ ਕੰਪਲੀਟਲੀ ਇੱਕ ਪਲੈਨ ਲੈ ਕੇ ਚੱਲੋ ਨਹੀਂ ਵਰਕ ਕਰੂ ਕੁਛ ਨਾ ਕੁਛ ਤਾਂ ਦੇਖੋ ਤੁਸੀਂ ਪਲੈਨ ਲੈ ਕੇ ਚੱਲ ਰਹੇ ਆ ਪਲੈਨ ਚੱਲ ਰਿਹਾ ਬਿਲਕੁਲ ਤੁਹਾਡੀ ਇੱਕ ਲਾਈਨ ਚੱਲ ਰਹੀ ਆ ਉਹਦੇ ਵਿੱਚ ਹੋਰਾਂ ਦੇ ਵੀ ਪਲੈਨ ਨੇ ਆ ਉਹ ਵੀ ਆ ਕੇ ਵਿੱਚ ਮਰਜ ਹੋਣਗੇ ਕਿਤੇ ਨਾ ਕਿਤੇ ਫਿਰ ਕਿੱਦਾਂ ਕਹਿ ਦਾਂਗੇ ਪਲੈਨ ਵਰਕ ਕਰਦੇ ਨਹੀਂ ਪਲੈਨ ਪਲੈਨ ਡੋਨਟ ਵਰਕ ਨਨ ਪੀਰ ਤੁਸੀਂ ਗੱਲ ਕਰਦੇ ਹੋ ਜਦੋਂ ਗੱਲ ਇਸ਼ਕ ਦੀ ਆਉਂਦੀ ਹੈ ਤੁਸੀਂ ਕਿ ਆ ਪਲੈਨ ਨਹੀਂ ਵਰਕ ਕਰਦਾ ਜੀ ਅਤੂ ਇਸ਼ਕ ਐਸੀ ਚੀਜ਼ ਹੈ ਜਿਹਦਾ ਬਣਾ ਦਿੰਦਾ ਵਿੱਚ ਵੀ ਨਹੀਂ ਵਰਕ ਕੀਤਾ ਪਲੈਨ ਬਿਲਕੁਲ ਵੀ ਵਰਕ ਨਹੀਂ ਕੀਤਾ ਵਾਓ ਅੱਕੀ ਗੱਲ ਹੈ ਨਹੀਂ ਨਹੀਂ ਇਦਾਂ ਦੀ ਕੋਈ ਨਹੀਂ ਮਜ਼ਾਕ ਕਰਦਾ ਇਹ ਤੇ ਦੇਖੋ ਆਈ ਥਿੰਕ ਸਾਰਿਆਂ ਦਾ ਆਪਣਾ ਆਪਣਾ ਐਕਸਪੀਰੀਅੰਸ ਹੈ ਇਹ ਤੇ ਹੁਣ ਜਿਹਦਾ ਇਸ਼ਕ ਮੁਕੰਮਲ ਹੋਇਆ ਜਾਂ ਜਿਹਦਾ ਰਹਿ ਗਿਆ ਹੁਣ ਉਹੀ ਦੱਸ ਸਕਦਾ ਕਿ ਰੱਬ ਸਾਥ ਦਿੰਦਾ ਕਿ ਨਹੀਂ ਬਾਕੀ ਮੈਨੂੰ ਲੱਗਦਾ ਕਿ ਜੇ ਤੁਸੀਂ ਆਪਣੀ ਇੰਟੈਂਸ਼ਨ ਵਧੀਆ ਰੱਖਦੇ ਹੋ ਤੇ ਮੋਸਟਲੀ ਥਿੰਗਸ ਵਰਕ ਆਊਟ ਯੂ ਕੈਨ ਹੋਪ ਦੇ ਡੂ ਬਾਕੀ ਤੇ ਹੁਣ ਰੱਬ ਦੀ ਰਜ਼ਾ ਹੈ ਜੋ ਹੁਣ ਤੁਹਾਡਾ ਇਸ਼ਕ ਇਹਦੇ ਫਿਲਮ 'ਚ ਕਿਵੇਂ ਰਹਿੰਦਾ ਹੈਗਾ ਕੀ ਕੀ ਅੜਚਣ ਆਉਂਦੀ ਹੈ ਫਿਲਮ ਦੇ ਵਿੱਚ ਪਿਆਰ ਕਰਨ ਦੇ ਵਿੱਚ ਕੌਣ ਅੜਚਣ ਜ਼ਿਆਦਾ ਪਾਉਂਦਾ ਹੈਗਾ ਪਿਓ ਪਾਉਂਦਾ ਹੈ ਮਾਂ ਪਾਉਂਦੀ ਹੈ ਇੱਕ ਤੇ ਇਸ਼ਕ ਤੇ ਇਹ ਉਦਾਂ ਹੀ ਹੈ ਕਿ ਜਿਵੇਂ ਕੋਈ ਜਵਾਨ ਯੰਗ ਮੁੰਡਾ ਕੁੜੀ ਹੈ ਮਿਲਦੇ ਹੈ ਤੇ ਉਹਨਾਂ ਨੂੰ ਇੱਕ ਦੂਜੇ ਦਾ ਸਾਥ ਮਿਲਦਾ ਤੇ ਬਹੁਤ ਚੰਗਾ ਲੱਗਦਾ ਹੈ ਬਿਲਕੁਲ ਤੇ ਉਹੀ ਆਈ ਥਿੰਕ ਅਕਸਰ ਜਿਵੇਂ ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਇੱਕ ਤੇ ਜਿਹੜੇ ਤੁਹਾਡੇ ਸਮਾਜ ਦੇ ਰੀਤੀ ਰਿਵਾਜ਼ ਹੈ ਜਾਂ ਜਿਹੜੇ ਤੁਹਾਡੇ ਪਰਿਵਾਰ ਨੂੰ ਤੁਹਾਡੇ ਤੋਂ ਐਕਸਪੈਕਟੇਸ਼ਨਸ ਨੇ ਜਾਂ ਉਹ ਸੋਚਦੇ ਕਿ ਇਹਨਾਂ ਨੂੰ ਇਦਾਂ ਹੀ ਰਹਿਣਾ ਚਾਹੀਦਾ ਹੈ ਇਦਾਂ ਨਹੀਂ ਸੋਚਣਾ ਚਾਹੀਦਾ ਉਹੀ ਸਾਰੇ ਮੁੱਦੇ ਨੇ ਥੋੜੇ ਹੋਰ ਮੁੱਦੇ ਵੀ ਨੇ ਉਹ ਤੁਸੀਂ ਸਿੱਧਾ ਵੇਖਿਓ ਫਿਰ ਤੁਸੀਂ ਜੋ ਰੋਲ ਅਦਾ ਕੀਤਾ ਇਹ ਫਿਲਮ ਦੇ ਵਿੱਚ ਜ਼ਿਆਦਾ ਤੁਹਾਨੂੰ ਬੈਸਟ ਕੀ ਲੱਗਿਆ ਕਿਸ ਜੋ ਚੀਜ਼ ਨੂੰ ਲੈ ਕੇ ਕਿ ਹਾਂ ਸਮਾਜ ਦੇ ਵਿੱਚ ਇਹ ਚੀਜ਼ ਦਾ ਜੋ ਮੇਨ ਟੌਪਿਕ ਹੈ ਇਹ ਪੱਖ ਹੈ ਸਮਾਜ ਵਿੱਚ ਆਉਣਾ ਚਾਹੀਦਾ ਸਟੋਰੀਜ਼ ਹਮੇਸ਼ਾ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਆਲਮੋਸਟ ਥੋੜਾ ਜਿਹਾ ਫਰਕ ਹੁੰਦਾ ਲਵ ਸਟੋਰੀਜ਼ ਵਿੱਚ ਉਹ ਕਿਹਨੇ ਬਣਾਈ ਆ ਕਿਵੇਂ ਬਣਾਈ ਆ ਉਹ ਮੈਟਰ ਬਹੁਤ ਕਰਦਾ ਅਸੀਂ ਬਹੁਤ ਸੋਹਣੀ ਬਣਾਈ ਆ ਬਿਲਕੁਲ ਸਾਡੀ ਬਹੁਤ ਸੋਹਣੀ ਫਿਲਮ ਮੈਂ ਤਾਂ ਐਡ ਕਰਨਾ ਹਾਂ ਇਹ ਐਡ ਕਰਦੇ ਆ ਮੈਂ ਵਿੱਚ ਕੱਟਣ ਦੀ ਕਰਦਾ ਤੇ ਐਡ ਕਰਦੇ ਹਾਂ ਹਾਂਜੀ ਵਧੀਆ ਗੱਲ ਆ ਨਹੀਂ ਆਫ ਕੋਰਸ ਮਤਲਬ ਦੇਖੋ ਸਾਰੀਆਂ ਜਿਹੜੀ ਘਟਨਾਵਾਂ ਨੇ ਉਹ ਸਮਾਜ ਦੇ ਵਿੱਚ ਹੀ ਵਾਪਰਦੀਆਂ ਨੇ ਤੇ ਪਿਆਰ ਤੇ ਜਿਹੜੇ ਪਿਆਰ ਦੇ ਖਿਲਾਫ ਲੋਕਾਂ ਦਾ ਹੋਣਾ ਇਹ ਸਾਰਾ ਕੁਝ ਤੁਹਾਡੇ ਸਮਾਜ ਦਾ ਹਿੱਸਾ ਹੈ ਤੇ ਥੋੜਾ ਜਿਹਾ ਔਰਤਾਂ ਨੂੰ ਥੋੜੇ ਥੋੜੇ ਅਲੱਗ ਜਿਹੜੀਆਂ ਔਰਤਾਂ ਦੀਆਂ ਅਲੱਗ ਬੰਦਿਆਂ ਦੀਆਂ ਵੀ ਅਲੱਗ ਲਾਈਕ ਮਰਦਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਨੂੰ ਕੋਈ ਡਿਨਾਈ ਨਹੀਂ ਕਰ ਰਿਹਾ ਔਰਤਾਂ ਦੀਆਂ ਅਲੱਗ ਪ੍ਰੋਬਲਮਸ ਹੁੰਦੀਆਂ ਨੇ ਤੇ ਇਸ ਫਿਲਮ 'ਚ ਉਹਨਾਂ ਨੂੰ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਇੱਕ ਬਹੁਤ ਸੋਹਣਾ ਕਨਸੈਪਟ ਚੱਕਿਆ ਲਿਟਰੇਚਰ ਦੇ ਵਿੱਚ ਤਾਂਗੇ ਵਾਲਾ ਅਕਸਰ ਸਮਾਜ ਵਿੱਚ ਅੱਜ ਵੀ ਲਾਇਸੈਂਸ ਨਾਲ ਹੀ ਰੱਖਿਆ ਹੁਣ ਵੀ ਸਮਾਜ ਵਿੱਚ ਕੁਝ ਐਸਾ ਹੋਵੇਗਾ ਕਿਉਂਕਿ ਮੈਂ ਸਮਝਦਾ ਕਿ ਜਦੋਂ ਬੰਦਾ ਲਿਟਰੇਚਰ ਪੜ੍ਹਦਾ ਹੈ ਉਹ ਸਵਾਲ ਕਰਨਾ ਸ਼ੁਰੂ ਕਰਦਾ ਉਹਨੂੰ ਗਿਆਨ ਆਉਂਦਾ ਹੈਗਾ ਕਨਸੈਪਟ ਚੱਕਿਆ ਵੀ ਤਾਂਗੇ ਚਲਾਉਣ ਵਾਲੇ ਤਾਂ ਲਾਇਸੈਂਸ ਮਿਲਦਾ ਨਹੀਂਗਾ
ਲੇਕਿਨ ਜਦੋਂ ਜਿਸਮ ਫਰੋਸ਼ੀ ਦਾ ਦਰਦ ਪੈਂਦਾ ਇਹ ਚੀਜ਼ ਜੋ ਲਿਟਰੇਚਰ ਤੁਸੀਂ ਹੁਣ ਕਿਵੇਂ ਸਮਝਦੇ ਹੋ ਕਿ ਲਿਟਰੇਚਰ ਦੇ ਵਿੱਚ ਐਸੇ ਕਿਹੜੇ ਕਨਸੈਪਟ ਨੇ ਜਾਂ ਸਮਾਜ ਦੇ ਵਿੱਚ ਅੱਜ ਲੋੜ ਹੈ ਉਸ ਲਿਟਰੇਚਰ ਦੇ ਵਿੱਚ ਕਨਸੈਪਟ ਇਹ ਮੇਟ ਕਰਦਾ ਵੂਮੈਨ ਦੇ ਨਾਲ ਕਿ ਅੱਜ ਵੀ ਸਮਾਜ ਦੇ ਵਿੱਚ ਕੁਝ ਵੂਮੈਨ ਐਸੀ ਚੀਜ਼ਾਂ ਮਿਲਦੀਆਂ ਨੇਗੀਆਂ ਜਿਹਨੂੰ ਲੱਗਦਾ ਯਾਰ ਵੀ ਹਾਂ ਇਹਨਾਂ ਤੋਂ ਕੁਝ ਖੋਲ ਲੈਂਦਾ ਇਹ ਸ਼ਾਇਦ ਉਸ ਤਰ੍ਹਾਂ ਰਿਲੇਟ ਨਾ ਕਰਨ ਔਰਤਾਂ ਕਿਉਂਕਿ ਇਹ ਥੋੜੀ ਪੁਰਾਣੀ ਕਹਾਣੀ ਹੈ ਜਿਹੜੀ ਔਰਤਾਂ ਦੀ ਕੁਝ ਸਾਲ ਪਹਿਲਾਂ ਜਿਹੜੀ ਸਟਰਗਲ ਸੀ ਉਹ ਹੁਣ ਨਹੀਂ ਹੈ ਹੁਣ ਅਲੱਗ ਤਰ੍ਹਾਂ ਦੀ ਸਟਰਗਲ ਹੈ ਚੇਂਜ ਹੋ ਗਿਆ ਨਾ ਉਹਦੇ ਵਿੱਚ ਇਹ ਦੋ ਗਰੁੱਪਸ ਹੁੰਦੇ ਦੋ ਸੋਸ਼ਲ ਗਰੁੱਪਸ ਨੇ ਤੇ ਉਹਨਾਂ ਦੇ ਵਿੱਚ ਇੱਕ ਪਾਵਰ ਸਟਰਗਲ ਚੱਲ ਰਿਹਾ ਲਗਾਤਾਰ ਉਹ ਹਰ ਤਰ੍ਹਾਂ ਦੇ ਗਰੁੱਪਸ ਚੰਗਾ ਤੇ ਮਰਦਾਂ ਔਰਤਾਂ 'ਚ ਵੀ ਹੁੰਦਾ ਉਹ ਜਿਹੜੇ ਡੋਮੀਨੈਂਟ ਜਾਂ ਥੋੜੇ ਸਪਰੈਸਡ ਗਰੁੱਪਸ ਨੇ ਇਹ ਹਰ ਤਰ੍ਹਾਂ ਦੇ ਗਰੁੱਪਸ ਹੁੰਦੇ ਤੇ ਇਹ ਉਹੀ ਚੱਲ ਰਿਹਾ ਤੇ ਆਈ ਥਿੰਕ ਕਹਾਣੀਆਂ ਤੇ ਜਿਹੜੇ ਲੋਕ ਜਿਹੜੇ ਐਕਸਪੀਰੀਅੰਸ 'ਚ ਗੁਜ਼ਰਦੇ ਆ ਉਹ ਲਿਖਦੇ ਹੀ ਹੈ ਜਾਂ ਉੱਦਾਂ ਦੀਆਂ ਫਿਲਮਾਂ ਬਣਾਉਂਦੇ ਹੈ ਇਹਦੇ ਉੱਤੇ ਤਾਂ ਸਾਰੀ ਇਹਦੇ ਤੋਂ ਹੀ ਤਾਂ ਸਾਰੀਆਂ ਕਹਾਣੀਆਂ ਨਿਕਲਦੀਆਂ ਨੇ ਤੇ ਸਾਰੀ ਜਿਹੜਾ ਆਰਟ ਹੈ ਸਾਡਾ ਉਹ ਕਨਫਲਿਕਟ ਵਿੱਚੋਂ ਹੀ ਨਿਕਲਦਾ ਭਾਜੀ ਨੇ ਕਿਹਾ ਜਿਵੇਂ ਕਿ ਮੈਂ ਨਹੀਂ ਕੀਤਾ ਹੈ ਉਹਨਾਂ ਨੇ ਦੱਸਿਆ ਹੈਗਾ ਤੁਸੀਂ ਜਦੋਂ ਫਿਲਮ ਬਾਰੇ ਸੁਣਿਆ ਪੜ੍ਹਿਆ ਵੀ ਹਾਂ ਇਹ ਕਨਸੈਪਟ ਹੈ ਇਹ ਕਿਰਦਾਰ ਨਿਭਾਉਣਾ ਤੁਸੀਂ ਪਰਸਨਲ ਕੀ ਸੋਚਿਆ ਉਹਦੇ ਬਾਰੇ ਵੀ ਹਾਂ ਮੈਂ ਇਹ ਚੀਜ਼ ਕਰਨਾ ਚਾਹੁੰਦਾ ਮੈਂ ਇਹਦੇ ਕਾਬਲ ਹਾਂ ਇਹ ਚੀਜ਼ ਪਰਸਨਲ ਜੀ ਬੀਅਰ ਤੇ ਕਿਵੇਂ ਲਾਇਆ ਦੇਖੋ ਉਹਨਾਂ ਨੇ ਮੈਨੂੰ ਸੁਭਾਅ ਅਪਰੋਚ ਕੀਤੀ ਸੀਗੀ ਉਹਨਾਂ ਨੇ ਮੈਨੂੰ ਕਾਬਲ ਸਮਝਿਆ ਫਿਰ ਇੱਕ ਥੋੜੇ ਜਿਹੇ ਬੰਦੇ ਆਏ ਉਹ ਕਾਬਲੀ ਤੇ ਸ਼ੱਕ ਕਰਨ ਲੱਗੇ ਸਾਡੀ ਅੱਛਾ ਫਿਰ ਉਹ ਜਿਹੜੀ ਸਾਰੀ ਕਾਬਲੀ ਤੇ ਮੈਂ ਘੇਰ ਲਈ ਐਵੇਂ ਆ ਗਿਆ ਮੈਂ ਸੋਹਣਾ ਆ ਉਹਨਾਂ ਨੇ ਜੋ ਕਿਰਦਾਰ ਉਹਨਾਂ ਨੂੰ ਚਾਹੀਦਾ ਸੀਗਾ ਉਹਨਾਂ ਨੇ ਮੇਰੇ ਕੋਲੋਂ ਵਰਕਸ਼ਾਪ ਲਵਾਈ ਇਹਨਾਂ ਦੇ ਨਾਲ ਹਰ 20 ਦਿਨ ਲਗਾਤਾਰ ਆਪਾਂ ਜਿਹਨਾਂ ਤੱਕ ਜੋ ਡਾਇਲੋਗਸ ਗਏ ਕਿਵੇਂ ਇਮੋਸ਼ਨ ਚੱਲ ਰਹੇ ਅਸਲ ਚੱਲਦੀ ਰਹੀ ਉਹਨਾਂ ਨੇ ਮੈਨੂੰ ਕਿਰਦਾਰ 'ਚ ਵਾੜਿਆ ਮੈਂ ਹੈ ਨੀਗਾ ਮਤਲਬ ਇਹ ਕਿਰਦਾਰ ਨਹੀਂ ਆ ਅਸਲ ਮੇਰਾ ਕਿਰਦਾਰ ਹੋ ਰਿਹਾ ਹਨਾ ਤਾਂ ਬਟ ਇਹਦੇ ਵਿੱਚ ਉਹਨਾਂ ਨੇ ਵਾੜਿਆ ਰਿਹਰਸਲ ਜ਼ਰੂਰ ਹਾਂਜੀ ਮੈਂ ਮਤਲਬ ਉਹ ਡਾਇਰੈਕਟਰ ਵੱਡੇ ਨੇ ਮੈਂ ਫਿਰ ਕਹੂੰਗਾ ਡਾਇਰੈਕਟਰ ਵੱਡਾ ਹੋਵੇ ਹਾਂਜੀ ਪਰ ਮੈਂ ਗੇਮ ਖੇਲਾ ਅਕਸਰ ਹੀ ਸੁਣਿਆ ਕਿ ਝੂਠ ਬੋਲੇ ਤੋਗਾ ਕਰ ਦੇ ਹਾਂਜੀ ਲੇਕਿਨ ਅੱਜ ਤੁਸੀਂ ਝੂਠ ਬੋਲਣਾ ਸਿਰਫ ਕੋਆ ਕੱਟੂ ਹੋਏ ਕਰ ਕਿਉਂ ਕਾ ਮੱਟੂ ਇਹ ਗੇਮ ਹੈ ਝੂਠ ਬੋਲਣਾ ਝੂਠ ਬੋਲਣਾ ਕੋਆ ਸਾਨੂੰ ਕੱਟੂ ਹੋਏ ਠੀਕ ਹੈ ਇਹ ਮੁੰਡਾ ਤਾਂ ਸਹੀ ਬੋਲਿਆ ਝੂਠ ਬੋਲਣਾ ਤੁਸੀਂ ਆਈ ਥਿੰਕ ਸਾਡੀਆਂ ਕੁਛ 20-25 ਦਿਨ ਦੀਆਂ ਸਾਡੀਆਂ ਵਰਕਸ਼ਾਪ ਸੀਗੀਆਂ ਉਸ ਤੋਂ ਬਾਅਦ ਅਸੀਂ ਜਿਹੜੀ ਲੋਕੇਸ਼ਨ ਉੱਤੇ ਜਾ ਕੇ ਵੀ ਰਿਹਰਸਲ ਵਿਦ ਕੈਮਰਾ ਰਿਹਰਸਲ ਕੀਤੀਆਂ ਬਿਕੋਜ਼ ਸਾਡੇ ਕੋਲ ਬਹੁਤ ਲਿਮਿਟਡ ਰਿਸੋਰਸਿਸ ਤੇ ਲਿਮਿਟਡ ਟਾਈਮ ਸੀਗਾ ਟੂ ਕੰਪਲੀਟ ਦਿਸ ਫਿਲਮ ਸੋ ਵੀ ਵਾਂਟਡ ਟੂ ਪ੍ਰੈਕਟਿਸ ਐਂਡ ਰਿਹਰਸ ਐਵਰੀਥਿੰਗ ਪ੍ਰੋਪਰਲੀ ਆਈ ਥਿੰਕ ਨਾਟਕ ਵਾਂਗੂ ਅਸੀਂ ਕਾਫੀ ਹੱਦ ਤੱਕ ਰਿਹਰਸਲ ਇਹਨੂੰ ਕੀਤਾ ਸੀ ਸੋ ਦੈਟ ਉੱਥੇ ਜਾ ਕੇ ਅਸੀਂ ਜਿੰਨਾ ਹੋ ਸਕੇ ਓਨਾ ਵਧੀਆ ਵਿਦਆਊਟ ਟਾਈਮ ਵੇਸਟਿੰਗ ਅਸੀਂ ਪਰਫਾਰਮ ਕਰ ਸਕੇ ਸ਼ੂਟਿੰਗ ਦੌਰਾਨ ਝੂਠ ਬੋਲਣਾ ਇਹਨਾਂ ਤੰਗ ਕੀਤਾ ਨਹੀਂ ਕੀਤਾ ਬਹੁਤ ਜ਼ਿਆਦਾ ਕਈ ਇੱਕ ਦੋ ਵਾਰੀ ਮਤਲਬ ਏਦਾਂ ਹੋ ਗਿਆ ਸੀ ਸਾਡੇ ਨਾਲ ਕਿ ਸਵੇਰੇ ਮਤਲਬ 5 ਵਜੇ ਦੇ ਉੱਠੇ ਆ ਰਾਤ 2 ਵਜੇ ਤੱਕ ਸ਼ੂਟ ਕਰ ਰਹੇ ਹਾਂ ਤੇ ਉਹ ਤੇ ਆਈ ਥਿੰਕ ਸਾਰੇ ਆਰਟਿਸਟ ਦਾ ਐਕਸਪੀਰੀਅੰਸ ਰਿਹਾ ਹੈ ਉਹਦੇ ਚ ਸਾਡਾ ਕੁਝ ਯੂਨੀਕ ਐਕਸਪੀਰੀਅੰਸ ਨਹੀਂ ਹੈ ਪਰ ਚਾਹ ਨੇ ਬਹੁਤ ਸਾਨੂੰ ਸਾਥ ਦਿੱਤਾ ਚਾਹ ਨੇ ਜੋ ਨਾ ਰੱਖਿਆ ਸਿਆਲਾ ਸ਼ੂਟ ਹਾਂ ਸਿਆਲਾ ਸ਼ੂਟ ਇਸ ਜ਼ਿਆਦਾ ਸ਼ੂਟਿੰਗ ਕਿੱਥੇ ਹੈ ਚੂਈ ਦੀ ਪੰਜਾਬ ਚ ਇਧਰ ਇੰਡੀਆ ਚ ਪੰਜਾਬ ਚ ਹੋਈ ਹੈ ਮਾੜੀ ਹੋਈ ਹੈ ਸਾਰੀ ਮਾੜੀ ਪਰੇ ਸਾਰੀ ਸ਼ੂਟਿੰਗ ਹਾਂ ਇੱਥੇ ਹੋਈ ਪਰ ਨਿਊ ਚੰਡੀਗੜ੍ਹ ਵਾਲੀ ਨਹੀਂ ਉਧਰ ਮਾਨਪੁਰ ਸ਼ਰੀਫ ਸਾਈਡ ਮਾਨਪੁਰ ਸ਼ਰੀਫ ਇੱਥੇ ਸਾਰੇ ਪਿੰਡ ਜਿਹੜੇ ਆ ਉਧਰ ਪਿੰਡਾਂ ਚ ਚਲੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਦੇ ਲਈ ਬਹੁਤ ਤੁਹਾਨੂੰ ਮੁਬਾਰਕਾਂ ਫਿਰ ਤੋਂ ਇੱਕ ਵਾਰ ਫਿਲਮ ਲੈ ਕੇ ਰਜ਼ਾ ਇਸ ਲੋਕਾਂ ਦੀ ਇਸ ਕਨਸੈਪਟ ਲੈ ਕੇ ਆਓ ਲੋਕ ਦੁਆਵਾਂ ਦੇਣਗੇ ਥੈਂਕ ਯੂ ਤਾਂ ਸਾਡੇ ਨਾਲ ਮੌਜੂਦ ਸੀ ਇੱਕ ਰਜ਼ਾ ਇਸ ਨੇ ਸਟਾਰਕਾਸਟ ਗੱਲਬਾਤ ਕੀਤੀ ਬਹੁਤ ਸੋਹਣਾ ਲੱਗਿਆ ਤੁਸੀਂ ਦੱਸੋ ਫਿਲਮ ਦੇਖ ਕੇ ਦਸੰਬਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਦੱਸੋ ਕਿਵੇਂ ਲੱਗੀ ਫਿਲਮ ਤੁਸੀਂ ਦੇਖੋ ਪ੍ਰਵਾਸੀ ਟੀਵੀ ਮੈਂ ਹਾਂ ਪ੍ਰਿੰਸ ਵਿਰਕ ਧੰਨਵਾਦ